ਐਤਵਾਰ ਨੂੰ ਰਾਜਾਸਾਂਸੀ ਦੇ ਨੇੜੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ 'ਤੇ ਹੋਏ ਬੰਬ ਧਮਾਕੇ ਲਈ ਆਰੋਪੀ ਬਿਕਰਮਜੀਤ ਸਿੰਘ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ SP ਹਰਪਾਲ ਸਿੰਘ ਨੇ ਆਖਿਆ ਕਿ ਬਿਕਰਮਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ 14 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ, ਪਰ ਅਦਾਲਤ ਵੱਲੋਂ 5 ਦਿਨਾਂ ਦਾ ਪੁਲਿਸ ਰਿਮਾਂਡ ਹੀ ਦਿੱਤਾ ਗਿਆ। ਦੋਸ਼ੀ ਤੋਂ ਅੱਗੇ ਪੁੱਛਗਿੱਛ ਜਾਰੀ ਹੈ। ਮੁੱਢਲੀ ਇਨਵੈਸਟੀਗੇਸ਼ਨ ਦੇ ਦੌਰਾਨ ਜੱਜ ਸਾਹਿਬ ਨੇ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ ਸਾਨੂੰ, ਔਰ ਰਿਕਵਰੀ ਕਰਨ ਵਾਲੀਆਂ ਨੇ ਪਾਈ। ਇਸ ਦੇ ਉੱਤੇ ਜੱਜ ਸਾਹਿਬ ਨੇ ਸਾਡੀ ਬਹਿਸ ਨੂੰ ਸੁਣ ਕੇ ਜਿਹੜਾ 5 ਦਿਨ ਦਾ ਪੁਲਿਸ 14 ਦਿਨ ਦਾ ਰਿਮਾਂਡ ਮੰਗਿਆ। ਬਿਕਰਮਜੀਤ ਕੋਲੋਂ ਇੱਕ ਤਾਂ ਇਹਨਾਂ ਦੇ ਗਾਂ ਦੇ ਕੀ ਇਹਨਾਂ ਦੇ ਮਨਸੂਬੇ ਸੀ ਉਸ ਬਾਰੇ, ਅਤੇ ਹੋਰ ਫਰਦ ਯੂਨੀਵਰਸਿਟੀ ਜਿਹੜੀਆਂ ਗੱਲਾਂ ਸ਼ੇਅਰ ਨਹੀਂ ਕੀਤੀਆਂ ਜਾ ਰਹੀਆਂ।